ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਰਾ ਹੈ ਵੀਰੋ ਜਿਹੜਾ ਝੰਡਾ ਲੱਗਾ ਹੈ ਚੜਨ ਇਤਿਹਾਸ ਦੇ ਵਿੱਚ ਦੂਜੀ ਵਾਰ ਇਤਿਹਾਸ ਦੇ ਵਿੱਚ ਦੂਜੀ ਵਾਰ ਇਹ ਝੰਡਾ ਜਿਹੜਾ ਹੈ ਇਹ ਹੁਣ ਚੜਨ ਲੱਗਾ ਹੈ ਲੱਗਣ ਲੱਗਾ ਹੈ ਲਾਲ ਕਿਲੇ ਦੇ ਉੱਤੇ ਆ ਬਾਬਾ ਬਘੇਲ ਸਿੰਘ ਹੁਣਾਂ ਨੇ ਚਾੜਿਆ ਸੀਗਾ ਝੰਡਾ ਲਾਲ ਕਲਾ ਜਿੱਤਿਆ ਸੀਗਾ ਅੱਜ ਫਿਰ लाल किले ਦੇ ਤੇ ਆ ਇਸ ਵੀਰ ਨੇ ਉਹ ਦਰਹਿ ਰਹਉਂਦਾ ਜੇ ਵੀਰੋ ਝੰਡਾ ਹੁਣ ਆ ਝੰਡਾ ਬਦਲੇਗਾ ਆ ਝੰਡਾ ਪੰਜਾਬ ਦੀ ਹਰਿਆਣੇ ਦੀ ਸਿਜਾ ਬਦਲੇਗਾ ਐਸ ਨੌਜਵਾਨ ਵੀਰ ਨੂੰ ਸਲੂਟ ਐਸ ਨੌਜਵਾਨ ਵੀਰ ਨੂੰ 1 ਲੱਖ ਰੁਪਏ ਦੇ ਨਾਲ ਸਨਮਾਨਿਤ ਨਮਾਜਿਆ ਜਾਏਗਾ ਐਸ ਨੌਜਵਾਨ ਵੀਰ ਨੂੰ 1 ਲੱਖ ਰੁਪਏ ਦੇ ਸਨਮਾਨ ਦੇ ਨਾਲ ਨਮਾਜਿਆ ਜਾਏਗਾ ਐਸ ਨੌਜਵਾਨ ਵੀਰ ਨੂੰ ਔਰ ਇਹ ਝੰਡਾ ਪੰਜਾਬ ਅਤੇ ਹਰਿਆਣੇ ਦੀ ਫਿਜ਼ਾ ਬਦਲੇਗਾ। ਔਰ ਕਿਸਾਨ ਇਕਤਾ ਮਜ਼ਦੂਰ ਪਾਰਟੀ ਬਣੇਗੀ। ਇਹ ਝੰਡੇ ਇਹ ਝੰਡਾ ਹੈ ਉਸ ਚੀਜ਼ ਦੀ ਮਿਸਾਲ ਵੀਰੋ। ਦੇਖੋ ਤੁਸੀਂ ਕਿੰਨਾ ਵੱਡਾ ਇੱਕ ਖਾਸ ਮੈਸੇਜ ਹੈ ਕਿ ਐਸ ਨੌਜਵਾਰ ਨੂੰ 1 ਲੱਖ ਰੁਪਏ ਨਾ ਆਪਾਂ ਨਿਵਾਜਾਂਗੇ ਔਰ ਲਾਲ ਕਿਲੇ ਦੇ ਉੱਤੇ ਜਿਹੜਾ ਹੈ ਝੰਡਾ ਰਹਿਰਾ ਦਿੱਤਾ ਹੈ। ਲਾਲ ਕਿਲੇ ਦੇ ਉੱਤੇ ਜਿਹੜਾ ਹੈ ਝੰਡਾ ਰਹਿਰਾ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਕਿ हांजी हांजी तो देख सकते हो लाल किले ਦੇ ਉੱਤੇ ਝੰਡਾ ਜਿਹੜਾ ਚੱਕਤਾ ਹੈ ਹੁਣ ਬਣੇਗੀ ਕਿਸਾਨ ਏਕਤਾ ਮਜ਼ਦੂਰ ਪਾਰਟੀ ਕੇ ਤੋਂ ਕਿਸਾਨ ਈ ਤੋਂ ਏਕਤਾ ਅਹਮ ਤੋਂ ਮਜ਼ਦੂਰ ਕਿਸਾਨ ਏਕਤਾ ਮਜ਼ਦੂਰ ਪਾਰਟੀ ਹੁਣ ਬਣੇਗੀ ਔਰ ਇਸ ਨੌਜਵਾਨ ਨੂੰ 1 ਲੱਖ ਰੁਪਏ ਦਾ ਨਾਮ ਨਵਤੇਜ ਹਿਮੈਨਿਟੀ ਹਸਪੀਟਲ ਵੱਲੋਂ ਨਵਤੇਜ ਹਿਮੈਨਿਟੀ ਹਸਪੀਟਲ ਵੱਲੋਂ ਇਨਾਮ ਨਾਲ ਨਿਵਾਜਿਆ ਜਾਏਗਾ ਨਵਤੇਜ ਹਿਮੈਰਿਟੀ ਹਸਪੀਟਲ ਵੱਲੋਂ ਇਨਾਮ ਨਾਲ 1 ਲੱਖ ਰੁਪਏ ਦੇ ਇਨਾਮ ਨਾਲ ਇਸ ਨੌਜਵਾਨ ਵੀਰ ਨੂੰ ਆਪਾਂ ਨਿਵਾਜਾਂਗੇ ਔਰ ਬੜਾ ਤਗੜਾ ਤੁਸੀਂ ਦੇਖ ਸਕਦੇ ਹੋ ਵੀਰੋ ਇਹ ਮੈਸੇਜ ਹੈ ਦਿੱਲੀ ਦੇ ਵਿੱਚ ਔਰ ਕਿਸਾਨ ਇਕਤਾ ਲਾਈਟ ਬੰਦ ਕਰ ਹਾਂਜੀ ਔਰ ਇਹ ਬੜਾ ਪਿਆਰਾ ਵੀਰੇ ਮੈਸੇਜ ਔਰ ਤੁਸੀਂ ਦੇਖ ਰਹੇ ਹੋ ਸਾਰੇ ਔਰ ਮੇਰੀ ਇਹ ਸੁਝਾਵ ਆ ਕਿ ਮਤਲਬ ਹੁਣ ਹਨੂ ਹੁਣ ਕਿਸਾਨ ਵੀਰਾਂ ਨੂੰ ਆਪਣੀ ਪਾਰਟੀ ਦਾ ਐਲਾਨ ਕਰ ਸਕਦਾ ਹੈ ਅਗਰ ਅਰਮਿੰਦ ਕੇਜਰੀਵਾਲ ਹਾਂ